ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਲਗੀ ਤਰ ਪਾਤਸ਼ਾਹ ਦੀ ਬਾਣੀ ਹੈ ਜ਼ਫਰਨਾਮਾ ਜਿਸ ਨੂੰ ਵਿਜੇ ਪੱਤਰ ਵੀ ਆਖਦੇ ਹਨ ਜੋ ਆਪ ਜੀ ਨੇ ਔਰੰਗਜ਼ੇਬ ਨੂੰ ਕਲਿਆ ਸੀ ਉਸ ਦਾ ਟਿਕਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸ੍ਰੀ ਕਲਗੀ ਤਰ ਚਮਤਕਾਰ ਵਿੱਚ ਕੀਤਾ ਹੈ ਪਰ ਜ਼ਫਰਨਾਮੇ ਤੋਂ ਪਹਿਲਾਂ ਇੱਕ ਹੋਰ ਖਤਮਾ 치ਵਾੜੇ ਤੋਂ ਸਤਿਗੁਰ ਜੀ ਨੇ ਔਰੰਗਜ਼ੇਬ ਨੂੰ ਕਲਿਆ ਸੀ ਇਹ ਖਤਵੀ ਫਾਰਸੀ ਵਿੱਚ ਹੈ ਤੇ ਜ਼ਫਰਨਾਮਾ ਵੀ ਫਾਰਸੀ ਵਿੱਚ ਲਿਖਿਆ ਹੈ ਸੋ ਪਹਿਲੇ ਮਾਛੀਵਾੜ ਦੇ ਖਤ ਦਾ ਅਸੀਂ ਵਰਣਨ ਕਰਾਂਗੇ ਉਹ ਕਿਹੜਾ ਖਤ ਸੀ ਉਸ ਤੋਂ ਬਾਅਦ ਫਿਰ ਜ਼ਫਰਨਾਮੇ ਦਾ ਜੋ ਟੀਕਾ ਆਪ ਜੀ ਨੇ ਵਰਣਨ ਕੀਤਾ ਹੈ ਉਹ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਓ ਪਿਆਰ ਨਾਲ ਸਰਵਣ ਔਰੰਗਜ਼ੇਬ ਵਾਲ ਖਤ ਇੱਥੇ ਮਾਛੀਵਾੜੇ ਸਤਗੁਰੂ ਜੀ ਨੂੰ ਅਮਲੇ ਗਨੀ ਖਾਨ ਨਬੀ ਖਾਨ ਦੋ ਪਠਾਨ ਭਰਾ ਜੋ ਸਤਗੁਰੂ ਪਾਸ ਕਦੇ ਸੇਵਕ ਵੀ ਰਹਿ ਗਏ ਸੇ ਤੇ ਫਿਰ ਘੋੜੇ ਵੇਚਣ ਵੀ ਆਇਆ ਜਾਇਆ ਕਰਦੇ ਸੇ ਫਿਰ ਇਹਨਾਂ ਨੇ ਨੂਰਪੂਰੇ ਦਾ ਸੈਦ ਲਿਆ ਮਿਲਾਇਆ ਜੋ ਕਾਜ਼ੀ ਸੀ ਤੇ ਜੋ ਪਹਿਲਾਂ ਤੇ ਸ੍ਰੀ ਗੁਰੂ ਜੀ ਦਾ ਪ੍ਰੇਮੀ ਸੀ ਇੱਥੇ ਸਤਗੁਰੂ ਜੀ ਨੇ ਇੱਕ ਹਤ ਔਰੰਗਜ਼ੇਬ ਨੂੰ ਲਿਖਿਆ ਜਿਸ ਵਿੱਚ ਕੀਤੇ ਕੌਲ ਇਕਰਾਰ ਨੂੰ ਤੋੜ ਕੇ ਮੁੜ ਹਮਲਾ ਕਰਨ ਬਾਬਤ ਲਿਖਿਆ ਹੈ एक खत इतों ही तोरना तोनाता कि सरकारी तौर पर जो सच झूठ की मिलावट भरी खबर पातशाह पुजनी है उस तो पहलों पातशाह गुरु जी वालों सची खबर पुजे कि जो मनसूबा पातशाह ने या अहलकार ने बनाया सी कि कसम खा के गुरु जी ने किले तो बहर को फिर कसम तोड़ के हमला कर दो तो इस तरह के दगे नाल मार लो ਉਹ ਮਨਸੂਬਾ ਕਾਮਯਾਬ ਨਹੀਂ ਹੋਇਆ ਫਿਰ ਪਾਦਸ਼ਾ ਨੂੰ ਪਤਾ ਲੱਗੇ ਕਿ ਗੁਰੂ ਜੀ ਜਿਉਂਦੇ ਹਨ ਅਜੇ ਲੜਨ ਨੂੰ ਤਿਆਰ ਹਨ ਪਰ ਸ਼ਾਂਤੀ ਨਾਲ ਗਲਬਾਤ ਵੀ ਹੋ ਸਕਦੀ ਹੈ ਇਸ ਖੱਤੋਂ ਇਹ ਵੀ ਅਸਰ ਪੈਂਦਾ ਹੈ ਕਿ ਰਾਜਦਾਨੀ ਫੌਜ ਗਵਾ ਕੇ ਤੇ ਦੋ ਪੁੱਤਰ ਚਮਕੌਰ ਵਿੱਚ ਸ਼ਹੀਦ ਕਰਾ ਕੇ ਵੀ ਗੁਰੂ ਜੀ ਦੀ ਸੁਰਤ ਨਹੀਂ ਹਾਰੀ ਹੌਸਲਾ ਨਹੀਂ ਟੁੱਟਾ ਮਰਦਾਨਗੀ ਨੇ ਚਮੀ ਨਹੀਂ ਖਾਦੀ ਤੇ ਪਾਦਸ਼ਾਹ ਤੋਂ ਡਰ ਨਹੀਂ ਮੰਨਿਆ ਇਹ ਖਤ ਜਾਬਦਾ ਹੈ ਕਿ ਭਾਈ ਦਇਆ ਸਿੰਘ ਜੀ ਮਾਛੀਵਾੜੇ ਤੋਂ ਹੀ ਲੈ ਕੇ ਟੁਰੇ ਹਨ ਤੇ ਸੈਦ ਨੂਰਪੁਰੀਏ ਕਾਜ਼ੀ ਨੇ ਤੇ ਗਨੀ ਖਾਨ ਨਬੀ ਖਾਨ ਨੇ ਸਹਾਇਤਾ ਦਿੱਤੀ ਹੈ ਪਠਾਣਾ ਨੇ ਤਾਂ ਉਹਨਾਂ ਨੂੰ ਮਾਛੀਵਾੜੇ ਤੋਂ ਪਾਰ ਪਹੁੰਚਾਇਆ ਹੈ ਤੇ ਕੋਕੋ ਪਰ ਜਦੋਂ ਖਤਰੇ ਵਿੱਚੋਂ ਨਿਕਲ ਗਏ ਤਾਂ ਕਾਜ਼ੀ ਨੇ ਉਹ ਖਤ ਭਾਈ ਦਇਆ ਸਿੰਘ ਨੂੰ ਪਹੁੰਚਾਇਆ ਹੈ ਉਹ ਖਤ जो माछीवाड़े तो सतगुर ने औरंगजेब टीका सहित है नामे गुरु गोबिंद सिंह ब औरंगजेब बनामे खुदा दे तेगो तबर खुदा दे तीरो स्नो सिपर खुदा दे मरदा ने जंग आजमा, खुदा दे असपा ने पादर हवा अर्थ तलवार ते तबर दे मालक यानी खुदा दे नाम तीर अणी त मालक यानि खुदा दे सूरमे मर्दा के मालक यानि खुदा दे त्रिखी दौड़ वाले घोड़िया मालक यानि खुदा दे नाम नाल। असी ए नामा लिखते हाँ मूल हमां को तोरा पातशाही बेदाद बमा दौलते दीपनाही बेदाद अर्थ उस रब ने ही कि जिसने तेनों बादशाही दिखी है ਸਾਨੂੰ ਦੀਨ ਪਨਾਹੀ ਦੀ ਦੌਲਤ ਦਿੱਤੀ ਹੈ ਭਾਉ ਸਾਨੂੰ ਧਰਮ ਦੀ ਰੱਖਿਆ ਦਾ ਕੰਮ ਦਿੱਤਾ ਹੈ ਮੂਲ ਤੁਰਾ ਤੁਰਕ ਤਾਜ਼ੀ ਬਮਕਰੋਂ ਰਿਆਂ ਮਰਾ ਚਾਰੇ ਸਾਜ਼ੀ ਬਸਿਤ ਕੋ ਸਫਾ ਅਰਥ ਤੇਰੀ ਦੌੜ ਧੂਪ ਜਾਂ ਲੁੱਟਮਾਰ ਮਕਰ ਤੇ ਫਰੇਬ ਵਿੱਚ ਹੈ ਮੇਰੀ ਤਦਬੀਰ ਸਚਾਈ ਤੇ ਸਿੱਧਕ ਨਾਲ ਹੈ ਮੂਲ ਨਜ਼ੀਬ ਤੁਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬਾ ਨੇ ਆਇਤ ਫਰੇ ਅਰਥ ਤੈਨੂੰ ਔਰੰਗਜ਼ੇਬ ਨਾਮ ਨਹੀਂ ਸ਼ੋਭਦਾ ਕਿਉਂਕਿ ਔਰੰਗਜ਼ੇਬਾਂ ਭਾਉ ਬਾਦਸ਼ਾਹਾਂ ਤੋਂ ਫਰੇਬ ਨਹੀਂ ਹੋਣਾ ਚਾਹੀਦਾ ਮੂਲ ਨਾ ਤਸਬੀਅਤ ਅਜ ਸਜੋ ਰਿਸ਼ਤੇ ਹਏ ਬੇਸ਼ ਕਾਜ਼ਾ ਦਾਣਾ ਸਾਜ਼ੀ ਵਜ਼ੀ ਦਾਣਾ ਖੇਸ਼ ਅਰਥ ਤੇਰੀ ਤਸਬੀਹ ਮਣ ਕੇ ਤੇ ਧਾਗੇ ਤੋਂ ਵੱਧ ਕੁਝ ਨਹੀਂ ਕਿਉਂਕਿ ਤੂੰ ਮਣਕਿਆਂ ਨੂੰ ਦਾਣਾ ਬਣਾਉਂਦਾ ਹੈ ਤੇ ਧਾਗੇ ਨੂੰ ਆਪਣਾ ਜਾਲ भाव ए के पंछी फड़न लिय जो दाना या चोगा पाई जा है जाल उत्ते मूल तू खाके पिदर्रा बिरदारे रिश्त बखूने बिरादर बिदादी सरिश्त अर्थ तू अपने पिता की मिट्टी नैड़े कमां भाह न गुनिया मूल वजा खाना ए खाम कर दी बिना बराए दरे दौलत खे अर्थ ਉਸ ਨਾਲ ਕੱਚਾ ਘਰ ਬਣਾਇਆ ਆਪਣੇ ਰਹਿਣ ਦੇ ਵਾਸਤੇ ਮੂਲ ਮਨ ਅਕਨੂ ਬ ਅਫਜ਼ਾਲੇ ਪੁਰਸ਼ ਅਕਾਲ ਕਨਮ ਆਬੇ ਆਹਨ ਚੁਨਾ ਬਰਸ਼ਕਾਲ ਅਰਥ ਮੈਂ ਹੁਣ ਅਕਾਲ ਪੁਰਖ ਦੇ ਫਜ਼ਲ ਨਾਲ ਲੋਹੇ ਦੇ ਪਾਣੀ ਯਾਨੀ ਧਾਰ ਨਾਲ ਬਰਸਾਤ ਵਾਂਗ ਹਮਲਾ ਕਰਾਂਗਾ ਮੂਲ ਜ਼ਿਕੋਹ ਦਕੰਤਿਸ਼ ਨਕਾਮ ਆਮਦੀ ਜ਼ੇ ਮੈਵਾਰ ਹਮਤਲਖ ਕਾਮ ਆਮਦੀ ਅਰਥ ਦੱਖਣ ਦੇ ਪਹਾੜਾਂ ਵਿੱਚੋਂ ਤੂੰ ਅਸਫਲ ਆਇਆ ਹੈ ਤੇ ਮੇਵਾੜ ਤੋਂ ਵੀ ਤੂੰ ਤੇ ਆਇਆ ਆਇਆ ਹੈ ਮੂਲ ਬਦੀ ਸੋਚੂ ਅਕਨੂ ਨਿਗਾਹਤ ਦਵਤ ਕੇ ਆਤਲ ਖੀਓ ਤਿਸ਼ਨਗੀਤ ਰਵਦ ਚੁਨਾ ਆਤਿਸ਼ੇ ਜ਼ੇ ਨਾਲਤ ਨੇ ਹਮ ਜ਼ੇ ਪੰਜਾਬ ਆਬਤ ਨਾ ਖੁਰਦੰਦੇ ਹਮ ਅਰਥ ਇਸ ਪਾਸੇ ਹੁਣ ਜੇ ਤੇਰੀ ਨਜ਼ਰ ਫਰੀ ਕੇ ਤੇਰੀ ਉਹ ਗਲੇ ਦੀ ਤਲਖੀ ਤੇ ਤਰੇ ਜਾਂਦੀ ਰਹੇ ਤਾਂ ਤੇਰੇ ਪੈਰਾਂ ਹੇਠ ਇਸ ਤਰ੍ਹਾਂ ਅਗ ਰੱਖਾਂਗਾ कि पंजाब तेनू पानी पीण नहीं देंगा भाव ऐसा बेकरार कर देंगा कि मूल चिशुदर शिगाले ब मकरो रे हमी कुश्त तो दो बचाए शेररा चू शेर ए जया जिंदा मानद हमी जे तो को इंतकामे सतानद हमी अर्थ की होया जे गिदड़ ने मकर त फरेब नेर दे दो बच्चे मार देते, दते के शेर बब्बर अजय जीवदा है तेरे ओ बदला लेगा मूल न दीगर गरयम बनामे खुदात के दीदम खुदाओ कलामाते खुदा अर्थ तेरे को तेरे खुदा दे नाम ते मैं हूँ कुछ नहीं मगता क्योंकि मैं तेरे खुदा ते तेरे खुदा दलामू देख लिया है मूल बसो गंदे तो एतबारे बारे नमांद मरा बशम शीरे कारे नमांद अर्थ ਤੇਰੀ ਸੌਂ ਤੇ ਮੈਨੂੰ ਇਤਬਾਰ ਨਹੀਂ ਰਿਹਾ ਮੈਨੂੰ ਹੁਣ ਸਿਵਾ ਤਲਵਾਰ ਦੇ ਹੋਰ ਕੰਮ ਨਹੀਂ ਰਿਹਾ ਮੂਲ ਤੂੰ ਹੀ ਗੁਰਗਬਾਰਾ ਕਸ਼ੀਦਾ ਅਗਰ ਨਿਹੰਮ ਨੀਜ਼ ਸ਼ੇਰੇ ਜ਼ਾਮੇ ਬਦਰ ਅਰਥ ਜੇ ਤੂੰ ਬੜਾ ਚਲਾਕ ਜ਼ਮਾਨਾ ਦੀਦਾ ਪਗਿਆੜ ਹੈ ਸ਼ੇਰ ਨੂੰ ਫਿਰ ਵੀ ਤੇਰੇ ਜਾਲ ਤੋਂ ਬਾਹਰ ਰੱਖਾਂਗਾ ਮੂਲ ਅਗਰ ਬਾਜ਼ ਗੁਫ਼ਤੋ ਸੁਨੀਦਤ ਬਮਾਸ ਨਮਾਇਮ ਤੋਰਾ ਜਾਦਾਏ ਪਾਕੋ ਰਾਸਤ ਅਰਥ ਜੇ ਤੇਰੀ ਫਿਰ ਮੇਰੇ ਨਾਲ ਗਲਬਾਤ ਹੋਈ ਤਾਂ ਤੈਨੂੰ ਸਿੱਧਾ ਤੇ ਪਵਿੱਤਰ ਰਾਹ ਦਿਖਲਾਵਾਂਗਾ। ਮੂਲ ਬੁਮੈਦਾ ਦੋ ਲਸ਼ਕਰ ਸ਼ਫਾਰਾ ਸ਼ਵੰਦ ਜ਼ੂਦੀ ਬਹਮ ਆਸ਼ਕਾਰਾ ਸ਼ਮੰਦ ਮਿਆਨੇ ਦੋ ਮਾਨਦ ਵਾ ਫਰਸੰਗਾਰਾ ਅਰਥ ਮੈਦਾਨ ਵਿੱਚ ਦੋ ਲਸ਼ਕਰ ਸਫਾ ਬਨ ਲੈਣ ਤੇ ਛੇਤੀ ਨਾਲ ਆਪੋ ਵਿੱਚ ਪ੍ਰਗਟ ਹੋ ਜਾਣ ਦੋਹਾਂ ਦੇ ਵਿਚਕਾਰ ਹੋਵੇ ਫਾਸਲਾ 3 ਮੀਲ ਦਾ। ਮੂਲ अजा पसदर आरसाए कारजार मन आयम जुरीदा तू सवार अर्थ उस तो पिछों उस लड़ाई दे समय मैं इकला आवागा तू दो सवारा समेत आवी मूल तू अजनाजो ने अमत समर खुरदही के जंगी जवाना ना बर खुरदही बमैदा बेया खुद बतीगो तबर मकुन खल खलाक जेरो जबर ਅਰਥ ਤੂੰ ਲਾੜਾ ਨਿਆਮਤਾ ਦੇ ਫਲ ਖਾਦੇ ਹੋਏ ਹਨ ਪਰ ਜੰਗ ਦੇ ਬਹਾਦਰਾਂ ਦੇ ਸਾਹਮਣੇ ਤੂੰ ਕਦੇ ਆਪ ਨਹੀਂ ਹੋਇਆ ਤਲਵਾਰ ਤੇ ਤਬਰ ਨਾਲ ਆਪ ਮੈਦਾਨ ਵਿੱਚ ਆ ਹਲਕ ਦੀ ਖਲਕਤ ਨੂੰ ਇਠਾਂ ਉਤੇ ਤਬਾਹ ਨਾ ਕਰ ਹੁਣ ਜੋ ਮਾਛੀਵਾੜੇ ਤੋਂ ਕਹ ਲਿਆ ਗੁਰੂ ਜੀ ਦਾ ਖਤ ਮਿਲ ਗਿਆ ਹੈ ਇਸ ਤੋਂ ਸਹੀ ਹੁੰਦਾ ਹੈ ਕਿ ਦੀਨੇ ਬੈਠੇ ਆਪ ਔਰੰਗਜ਼ੇਬ ਦਾ ਜਵਾਬ ਉਢੀਖ ਰੇ ਸੇ ਕਿ ਜਦੋਂ ਨਵਾਬ ਸਰਹੰਦ ਦਾ ਸੁਨੇਹਾ ਸਮੀਰ ਲਖਮੀਰ ਭਰਾਵਾਂ ਨੂੰ ਪੁੱਜਾ ਕਿ ਗੁਰੂ ਜੀ ਨੂੰ ਮੇਰੇ ਪਾਸ ਪਹੁੰਚਾ ਦਿਓ ਹੁਣ ਕੋਈ ਪਾਸਾ ਬਾਕੀ ਨਾ ਰਹਿ ਗਿਆ ਕਿ ਇਸਨੇ ਵਾਰ ਕਰਨਾ ਹੈ ਇਸ ਲਈ ਗੁਰੂ ਜੀ ਨੇ ਸੈਨਾ ਜੋੜਨ ਦਾ ਉਦਮ ਹੋਰ ਤਿਰਖਾ ਕਰ ਦਿੱਤਾ ਉਧਰੋਂ ਦੱਖਣ ਤੋਂ ਭਾਈ ਦਇਆ ਸਿੰਘ ਜੀ ਦੇ ਕਾਸਦ ਪਹੁੰਚ ਗਏ ਜੋ ਜਾਬਦਾ ਹੈ ਕਿ ਔਰੰਗਜ਼ੇਬ ਦੀਆਂ ਹੋਰ ਪੁੱਛਾਂ ਆਦੀ ਦੇ ਉੱਤਰ ਲੈਣ ਆਏ ਸੀ ਤਤ ਸਤਗੁਰਾਂ ਨੇ ਇੱਕ ਹੋਰ ਖਤ ਲਿਖਿਆ ਜੋ ਜ਼ਫਰ ਨਾਮੇ ਕਰਕੇ ਪ੍ਰਸਿੱਧ ਹੈ ਖਿਆਲ ਪੈਂਦਾ ਹੈ ਕਿ ਉਹ ਕਾਸਦ ਇੱਕ ਖਤ ਲੈ ਕੇ ਦੱਖਣ ਨੂੰ ਗਏ ਹਨ ਇਸ ਦੀ ਅਸਲ ਕਾਪੀ ਦਾ ਤਾਂ ਪੱਕਾ ਪਤਾ ਜੇ ਨਹੀਂ ਪਿਆ ਪਰ ਜੋ ਉਤਾਰੇ ਗੁਰਮੁਖੀ ਅੱਖਰਾਂ ਵਿੱਚ ਮਿਲਦੇ ਹਨ ਉਹਨਾਂ ਵਿੱਚ ਜ਼ੁਬਾਨ ਫਾਰਸੀ ਹੋਣ ਕਰਕੇ ਬਹੁਤ ਪੁੱਲਾਂ ਪੈ ਗਈਆਂ ਹਨ ਇਸ ਪੱਤਰ ਦਾ ਨਾਮ ਆਪਨੇ ਜ਼ਫਰਨਾਮਾ ਤਰਿਆ ਜਿਸ ਦਾ ਅਰਥ ਹੈ ਵਿਜੇ ਦਾ ਪੱਤਰ ਦੇਖੋ ਚੜ੍ਹਦੀਆਂ ਕਲਾਂ ਦੇ ਸਾਈਂ ਦੇ اخلاقی ਆਦਰਸ਼ ਜ਼ਫਰਨਾਮਾ ਇਸ ਦਾ ਨਾਮ ਇਸ ਕਰਕੇ ਤਰਿਆ ਕਿ ਗੁਰੂ ਸਾਹਿਬ ਜੀ ਇਸ ਵਿੱਚ ਆਪਣੀ ਫਤਿਹ ਦੱਸ ਰਹੇ ਹਨ ਤੇ ਇਸ ਵਿੱਚ ਇਹ ਨਾਮ ਦੱਸ ਰਹੇ ਹਨ ਕਿ اخلاقی ਹਾਰ ਅਸਲੀ ਹਾਰ ਹੈ ਤੇ ਇਸ ਹਾਰ ਨਾਲ ਅੰਤ ਸਰੀਰ ਅਖਾਰ ਹੋ ਜਾਂਦੀ ਹੈ। ਔਰੰਗਜ਼ੇਬ ਦੀ ਹਾਰ ਹੋਈ ਹੈ ਜਿਸ ਨੇ ਤੇ ਜਿਸ ਦੇ ਜ਼ਿੰਮੇਵਾਰ ਔਦੇਦਾਰਾਂ ਨੇ اخلاق ਦਾ ਖੂਨ ਕੀਤਾ ਹੈ। ਸੂਆ ਖਾ ਕੇ ਤੋੜੀਆਂ ਤੇ ਆਪਣੇ ਆਚਰਨ ਨੂੰ ਗਿਰਾਇਆ। ਉਸ ਵੇਲੇ ਜਗਤ ਨੂੰ ਦਿਸਦਾ ਹੋ ਕਿ ਖਾਲਸੇ ਜੀ ਦੀ ਹਾਰ ਹੋਈ ਹੈ ਪਰ ਨਹੀਂ ਔਰੰਗਜ਼ੇਬ ਦੀ ਉਹ ਹਾਰ ਸੀ ਤੇ ਖਾਲਸੇ ਜੀ ਦੀ ਜਿੱਤ ਸੀ ਹਾਰ ਜਿੱਤ ਦੇ ਉਸੇ ਵੇਲੇ ਅੰਗੂਰ ਫੁੱਟੇ ਸੀ ਵਿੱਚ ਗੱਲ ਕੁਝ ਸਮੇਂ ਦੀ ਸੀ ਸਮਾਪਾ ਕੇ ਉਹ ਹਾਰ ਜਿੱਤ ਫਲ ਦੀ ਸੂਰਤ ਵਿੱਚ ਮੂਰਤੀਮਾਨ ਹੋ ਗਈ ਤੁਰਕ ਰਾਜ ਸਮਾਪਤ ਹੋ ਗਿਆ ਤੇ ਖਾਲਸੇ ਦਾ ਰਾਜ ਪੰਜਾਬ ਵਿੱਚ ਕਾਮਯਾਬ ਹੋ ਗਿਆ ਕਈ ਵਾਰੀ ਹਾਰ ਜਿੱਤ ਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਜਦੋਂ اخلاقی ਮੁੱਲ ਪਾਇਆ ਜਾਏ ਤਾਂ ਠੀਕ-ਠੀਕ ਪਤਾ ਲੱਗਦਾ ਹੈ ਬੇਸ਼ੱਕ ਝੂਠ ਫਰੇਬ ਦਗੇ ਚਾਲਾਂ ਕਾਮਯਾਬ ਹੁੰਦੇ ਹਨ ਪਰ ਅੰਤ ਸਤ ਦੀ ਜੈ ਹੁੰਦੀ ਹੈ ਸਤ ਦੀ ਜੇ ਕਿਤੇ ਹਾਰ ਹੋਵੇ ਤਾਂ ਅਸਤ ਦੀ ਜੈ ਤੋਂ ਉਹ ਕੀਮਤੀ ਹੁੰਦੀ ਹੈ ਫਰਕ ਕੀਮਤ ਪਾਉਣ ਵਾਲਿਆਂ ਮੰਡਲਾਂ ਦਾ ਹੁੰਦਾ ਹੈ ਸੋ ਇਹ ਖਤ ਬਿਜੇ ਦਾ ਸੀ ਹਾਂਜੀ ਫਿਰ ਦੋਰਾ ਦਈਏ ਬੇਸ਼ੱਕ ਝੂਠ ਫਰੇਬ ਧਗੇ ਚਾਲਾਂ ਕਾਮਯਾਬ ਹੁੰਦੇ ਹਨ ਪਰ ਅੰਤ ਸਤ ਦੀ ਜੈ ਹੁੰਦੀ ਹੈ ਸਤ ਦੀ ਜੇ ਕਿਤੇ ਹਾਰ ਹੋਵੇ ਤਾਂ ਅਸਤ ਦੀ ਜੈ ਤੋਂ ਉਹ ਕੀਮਤੀ ਹੁੰਦੀ ਹੈ ਫਰਕ ਕੀਮਤ ਪਾਉਣ ਵਾਲਿਆਂ ਮੰਨ ਲਾਂਦਾ ਹੁੰਦਾ ਹੈ ਸੋ ਇਹ ਖਤ ਵਿਜੇ ਦਾ ਸੀ ਇਸ ਦੀ ਧੁਨ ਵਿਜੇ ਦੀ ਹੈ ਇਸ ਦਾ ਲੇਖਕ ਵਿਜੇ ਵਿੱਚ ਹੈ ਤੇ ਆਪਣੇ ਇਰਾਦੇ ਤੋਂ ਪਿੱਛੇ ਨਹੀਂ ਹਟ ਰਿਹਾ ਉਹ ਖਤ ਜੋ ਦੀਨੇ ਬੈਠ ਕੇ ਗੁਰੂ ਜੀ ਨੇ ਲਿਖਿਆ ਉਸ ਵੇਲੇ ਦਾ ਇੱਕ ਸਵੈ ਲਿਖਤ ਇਤਿਹਾਸ ਹੈ ਤੇ ਸਭ ਤੋਂ ਵਧਿਕ مستند ਯਾਨੀ ਪੱਕਾ ਇਤਿਹਾਸ ਹੈ ਫਿਰ ਉਸ ਦੀ ਮੁਤਾਲਾ ਇੱਕ ਰਸਦਾਇਕ ਤੇ ਜਾਨ ਪਰ ਅਨਹਾਰੀ ਤਾਕਤ ਹੈ ਪਰ ਹੈ ਉਹ ਫਾਰਸੀ ਵਿੱਚ ਇਸ ਕਰਕੇ ਉਸ ਦਾ ਮੂਲ ਤੇ ਟੀਕਾ ਇੱਥੇ ਦਿੰਦੇ ਹਾਂ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿੱਸਾ ਅ ਜੀ ਨੂੰ ਅੱਗੇ ਪੜ੍ਹ ਕੇ ਸਰਮਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ